मैं एक देश का सिपाही हूँ, मैं नहीं चाहता कि मुझे कोई गलत कदम उठाना पड़े। मेरे दोनों भाइयों को, मेरी भाभी को उन्होंने पीटा। अपने देश के लिए जान दे सकता हूँ तो मैं अपने भाइयों के लिए पान सिंह तोमर भी बन सकता हूँ। ਫੌਜ ਵਿੱਚ ਗਏ ਫੌਜੀਆਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀਆਂ ਅਨੇਕਾਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਅਜਿਹੇ ਮਾਮਲੇ ਤੋਂ ਤੰਗ ਆ ਕੇ ਕਈ ਵਾਰ ਫੌਜੀ ਜਵਾਨਾਂ ਦੀਆਂ ਧਮਕੀ ਭਰੀਆਂ ਵੀਡੀਓ ਵੀ ਵਾਇਰਲ ਹੋ ਚੁੱਕੀਆਂ ਨੇ ਤੇ ਅਜਿਹਾ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਤੋਂ ਸਾਹਮਣੇ ਆਇਆ, ਜਿੱਥੋਂ ਦੇ ਇੱਕ CRPF ਜਵਾਨ ਪ੍ਰਮੋਦ ਕੁਮਾਰ ਨੇ ਆਪਣੇ ਚਾਚਾ ਤੇ ਜ਼ਮੀਨ ਹੜੱਪਣ ਅਤੇ ਭਰਾਵਾਂ ਤੇ ਹਮਲਾ ਕਰਨ ਦਾ ਦੋਸ਼ ਲਗਾਉਂਦਿਆਂ ਵੀਡੀਓ ਜਾਰੀ ਕੀਤੀ ਹੈ। ਪ੍ਰਸ਼ਾਸਨਿਕ ਕਾਰਗੁਜ਼ਾਰੀ ਤੋਂ ਤੰਗ ਆਏ ਪ੍ਰਮੋਦ ਨੇ ਕਿਹਾ ਹੈ ਕਿ ਜੇਕਰ ਉਹ ਦੇਸ਼ ਲਈ ਆਪਣੀ ਜਾਨ ਦੇ ਸਕਦਾ ਹੈ ਤਾਂ ਆਪਣੇ ਭਰਾਵਾਂ ਲਈ ਪਾਨ ਸਿੰਘ ਤੋਮਰ ਵੀ ਬਣ ਸਕਦਾ ਹੈ। ਮੈਂ CRPF ਸਿਪਾਹੀ GD ਪ੍ਰਮੋਦ ਕੁਮਾਰ, 74 ਬਟਾਲੀਅਨ ਛੱਤੀਸਗੜ੍ਹ ਸੁਕਮਾ ਮੈਂ ਡਿਊਟੀ ਕਰ ਰਿਹਾ ਹੂੰ। ਮੇਰੇ ਪਰਿਵਾਰ ਮੈਂ ਮੇਰੇ ਤਿੰਨੋਂ ਚਾਚਾਓ ਨੇ ਖੇਤੀ ਪਰ ਗਲਤ ਕੁਰਾਬੰਦੀ ਕਰਾ ਕਰਕੇ ਮੇਰੀ ਖੇਤੀ ਪਰ ਕਬਜ਼ਾ ਕਰ ਲਿਆ ਔਰ ਮੁਝੇ ਪਤਾ ਚਲਾ ਤੋ ਮੈਨੇ ਆਪਣੀ ਵਾਈਫ ਕੋ ਬਤਾ ਕਰ ਹਾਥਰਸ ਤਹਿਸੀਲ ਮੈਂ ਵੋ ਉਸਕੇ ਉੱਪਰ ਕੇਸ ਕਰਵਾਇਆ। ਵੋ ਭਾਈ ਸਾਥ ਗਿਆ, ਬਾਅਦ ਮੈਂ ਜਬ ਵੋ ਕਰਕੇ ਆਏ ਤੋ 3 ਮਹੀਨਾ ਸੇ ਵੋ ਕੇਸ ਚੱਲ ਰਿਹਾ ਹੈ। ਉਹਨੇ ਗਲਤ ਤਰੀਕੇ ਸੇ ਪੈਸੇ ਦੇ ਲੇਕਰ ਵਿਭਾਗ ਸੇ ਮਿਲ ਕਰਕੇ ਕੁਰਾਬੰਦੀ ਕਰਾ ਕੇ ਹਮ ਜਿਸ ਖੇਤ ਕੋ 50 ਸਾਲ ਸੇ ਜੋਤ ਰਹੇ ਥੇ ਉਸ ਖੇਤ ਪਰ ਉਹਨੇ ਕਬਜ਼ਾ ਕਰ ਲਿਆ ਡੰਡੇ ਕੇ ਔਰ ਬੰਦੂਕ ਕੇ ਬਲ ਸੇ। ਮੈਨੇ ਵੋ ਬਾਤ ਆਪਣੇ ਯਹਾਂ ਕਮਾਂਡੈਂਟ ਸਾਹਿਬ ਕੋ ਬਤਾਇਆ ਤੋ ਉਹਨੇ ਮੇਰੇ ਸੇ ਕਹਾ ਕਿ ਆਪ ਘਬਰਾਈਏ ਮਤ, ਮੈਂ ਆਪਕੇ SP ਔਰ DM ਸਾਹਿਬ ਕੋ ਲਿਖਿਤ ਮੈਂ ਇਹ ਕਾਰਵਾਈ ਕਰਕੇ ਭੇਜਤਾ ਹੂੰ। ਉਹਨੇ ਮੇਰੇ CO ਸਾਹਿਬ ਨੇ DM ਸਾਹਿਬ ਔਰ SP ਹਾਥਰਸ ਔਰ DM ਹਾਥਰਸ ਕੇ ਲੀਏ ਲਿਖਿਤ ਕਾਰਵਾਈ ਕਰਕੇ ਇਸ ਮੈਟਰ ਕੇ ਬਾਰੇ ਮੈਂ ਅਵਗਤ ਕਰਾਇਆ, ਲੇਕਿਨ 3 ਮਹੀਨਾ ਕੇ ਅੰਦਰ ਮੁਝੇ ਅਭੀ ਤੱਕ ਜਾਂ ਮੇਰੇ CO ਸਾਹਿਬ ਕੋ ਅਭੀ ਤੱਕ ਉਸਕਾ ਕੋਈ ਜਵਾਬ ਨਹੀਂ ਮਿਲਾ। ਮੇਰੇ ਘਰਵਾਲੋਂ ਕੋ, ਮੇਰੇ ਭਾਈਓਂ ਕੋ, ਵੋ ਲੋਕ 14-15 ਹੈ, ਮਾਰਨੇ ਕੀ ਧਮਕੀ ਦੇਤੇ ਹੈ, ਮੇਰੀ ਵਰਦੀ ਉਤਰਵਾਨੇ ਕੀ ਧਮਕੀ ਦੇਤੇ ਹੈ। ਮੈਂ ਇਸ ਵਜ੍ਹਾ ਸੇ ਅਭੀ ਤੱਕ 4 ਮਹੀਨਾ ਹੋ ਗਏ ਛੁੱਟੀ ਨਹੀਂ ਆ ਪਾਇਆ ਹੂੰ। ਤੋ ਮੈਂ ਅਨੁਰੋਧ ਕਰਤਾ ਹੂੰ CM ਸਾਹਿਬ ਸੇ ਕਿ ਇਸ ਕੀ ਪੱਕੀ ਇਨਕੁਆਇਰੀ ਕਰਾਏ। ਕੱਲ੍ਹ ਜੋ ਉਹਨੇ ਕਿਹਾ ਥਾ ਮਾਰਨੇ ਕੀ ਧਮਕੀ ਦੀਏ ਥੇ, ਮੈਨੇ ਯਹਾਂ ਸੇ ਲਿਖਿਤ ਮੈਂ ਭੇਜਾ ਥਾ, ਤੋ ਉਹਨੇ ਕੱਲ੍ਹ ਸ਼ਾਮ ਕੋ ਇਹ ਕਾਰਵਾਈ ਕਰਕੇ ਦਿਖਾ ਦੀ। 4:30 ਵਜੇ ਮੇਰੇ ਦੋਨੋਂ ਭਾਈਓਂ ਕੋ, ਮੇਰੀ ਭਾਭੀ ਕੋ ਉਹਨੇ ਬੁਰੀ ਤਰ੍ਹਾਂ ਸੇ ਪੀਟਾ। ਇੱਕ ਭਾਈ ਕੋ ਮਰਾ ਸਮਝ ਕਰ ਛੋੜ ਗਏ ਔਰ ਇੱਕ ਭਾਈ ਕਾ ਅਭੀ ਤੱਕ ਮੇਰੇ ਕਾ ਕੋਈ ਪਤਾ ਨਹੀਂ ਹੈ, ਵੋ ਜਿੰਦਾ ਹੈ ਜਾਂ ਮਰ ਗਿਆ। ਮੁਝੇ ਇਹ ਬਾਤ CM ਸਾਹਿਬ ਤੱਕ ਪਹੁੰਚਾਨੀ ਹੈ। ਕਿਰਪਿਆ ਮੇਰੇ ਇਸ ਵੀਡੀਓ ਕੋ ਜਿਤਨੇ ਸੇ ਜ਼ਿਆਦਾ ਫਾਰਵਰਡ ਕਰ ਸਕੋ ਵੋ ਕਰੇਂ। ਮੈਂ ਚਾਹਤਾ ਹੂੰ ਕਿ ਇਸਕੀ ਇਨਕੁਆਇਰੀ CM ਸਾਹਿਬ ਖੁਦ ਸਹੀ ਇੱਕ ਤਰੀਕੇ ਸੇ
करवाएं क्योंकि मुरसान थाना क्षेत्र की पुलिस उससे शिवदयाल सिंह से मिली हुई है, क्योंकि थाने के पीछे उसका मकान है, उसका वहां आना जाना बना रहता है, थोड़ा नेतागिरी टाइप का आदमी है। तो मैं चाहता हूं, मैं एक देश का सिपाही हूं, मैं नहीं चाहता कि मुझे कोई गलत कदम उठाना पड़े। जब मैं अपने देश के लिए जान दे सकता हूं, तो मैं अपने भाइयों के लिए पान सिंह तोमर भी बन सकता हूं। जय हिंद। दस दिए कि मध्य प्रदेश के मुरैना खेतर का निवासी पान सिंह तोमर सैनिक अते एथलीट सी। जमीन विवाद के चलते पान सिंह तोमर बाद विच डाकू बन गया सी अते एक कार्रवाई विच पुलिस ने उसनू मार सुटिया सी। पान सिंह तोमर बनने की धमकी देने वाला प्रमोद कुमार छत्तीसगढ़ के नक्सल प्रभावित जिले विच तैनात है। देखना होगा कि सरकार इस फौजी जवान की मदद करती है। ब्यूरो रिपोर्ट, स्पोक्समैन टीवी।